ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਮੈਨੂੰ ਕਹਿੰਦੇ ਤੁਸੀਂ ਠੀਕ ਠਾਕ ਹੋ ਸਕੇ ਜੀ। ਅੱਜ ਤੁਹਾਡੇ ਵਾਸਤੇ ਲੈ ਕੇ ਆਇਆ 385 ਟਰੈਕਟਰ ਫੋਰ ਸੇਲ। ਇੱਧਰ ਵੀ ਕਰਨੇ ਹਾਂ ਅਤੇ ਮਾਲਕ ਨੂੰ ਫੋਨ ਨੰਬਰ ਵੀ ਦਿੰਦੇ ਹਾਂ ਅਤੇ ਤੁਹਾਨੂੰ ਕੀਮਤ ਵੀ ਦੱਸਦੇ ਹਾਂ ਜੀ। ਬਾਕੀ ਇਹਦੇ ਟਾਇਰ ਵਗੈਰਾ ਵੇਖ ਸਕਦੇ ਹਾਂ ਜੀ, ਅਤੇ ਰਿਮ ਵਗੈਰਾ। ਅਤੇ ਮਾਡਲ ਦੀ ਗੱਲ ਕੀਤੀ ਜਾਵੇ ਤਾਂ ਮਾਡਲ 2019 ਨੇ ਜੀ। ਬਾਕੀ ਪੱਲੇ ਵਗੈਰਾ ਇਹਦੇ ਵੇਖ ਸਕਦੇ ਹੋ, ਅਤੇ ਪੱਲੇ ਬਿਹਤਰੀਨ ਹਾਲਤ 'ਤੇ ਪਏ ਨੇ। ਸ਼ੋ ਵਗੈਰਾ ਸਾਰੇ ਟਰੈਕਟਰ ਦੀ ਵੇਖ ਸਕਦੇ ਹੋ ਜੀ, ਚੰਗੀ ਪਈ ਹੈ। ਅਤੇ ਬਾਕੀ ਚੇਸੀ ਕਲਰ ਵਗੈਰਾ ਵੇਖ ਸਕਦੇ ਹੋ, ਚੇਸੀ ਕਲਰ ਵੀ ਚੰਗਾ ਪਈ ਹੈ। ਜੈਨੂਅਨ ਖਲੋਤਾ ਨੇ, ਕਿਨੂੰ ਇਹਦੇ ਇੰਜਨ ਚਾਬੀ ਕਾ ਨਹੀਂ ਲੱਗੀ। ਪੰਪ ਹੀ ਜੈਨੂਅਨ ਨੇ, ਇੰਜਣ ਵਗੈਰਾ ਜੈਨੂਅਨ ਹੀ ਨੇ ਜੀ। ਵੇਖ ਸਕਦੇ ਹੋ ਜੀ, ਚੇਸੀ ਪੱਤਰੀ ਵਗੈਰਾ 'ਤੇ ਨਜ਼ਰ ਮਾਰ ਲਿਓ ਜੀ। ਚੇਸੀ ਪੱਤਰੀ ਵੀ ਬਿਹਤਰੀਨ ਕੰਡੀਸ਼ਨ ਵਿੱਚ, ਕਾਗਤ ਵਗੈਰਾ ਕਲੀਅਰ, ਖੁੱਲ੍ਹੇ ਕੈਸ਼ 'ਤੇ ਕਾਗਤ ਕਾਪੀ ਵਗੈਰਾ ਕਾਇਨੇ ਬਣੀ ਹੋਈ। ਬਾਕੀ ਗੇਅਰ ਹਿੱਸਾ ਬੇ ਆਵਾਜ਼ ਅਤੇ ਪਿਛਲਾ ਹਿੱਸਾ ਵੀ ਬੇ ਆਵਾਜ਼। ਬਾਕੀ ਸ਼ੋ 'ਤੇ ਨਜ਼ਰ ਮਾਰ ਸਕਦੇ ਹੋ, ਅਤੇ ਸ਼ੋ ਵੀ ਚੰਗੀ ਪਈ ਹੈ। ਅਤੇ ਡੈਸ਼ਬੋਰਡ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ, ਇਹਦੇ ਡੈਸ਼ਬੋਰਡ ਹੀ ਨੇ ਜੀ। ਚੈੱਕ ਕਰ ਲਿਆ ਜੀ ਗੱਡੀ ਦੇ, ਬਿਹਤਰੀਨ ਕੰਡੀਸ਼ਨ ਵਿੱਚ ਪਿਆ ਨੇ। ਮੀਟਰ ਵਗੈਰਾ 'ਤੇ ਨਜ਼ਰ ਮਾਰ ਸਕਦੇ ਹੋ ਜੀ। ਬਾਕੀ ਸੈਲਫ ਸਟਾਰਟ ਗੱਡੀ, ਕੋਈ ਧੱਕਾ ਸਟਾਰਟ ਨਹੀਂ ਹੈ ਜੀ। ਬਾਕੀ ਛੱਤ ਵਗੈਰਾ ਲੱਗੀ ਹੋਈ ਹੈ, ਅਤੇ ਕਾਪੀ ਵਗੈਰਾ ਕਹਿੰਦੇ ਬਣੀ ਹੋਈ। ਪਿੱਛੋਂ ਹਿੱਚ ਵਗੈਰਾ ਮੇਰੇ ਵੇਖਣ ਇੱਕੋ ਨਹੀਂ ਲੱਗੀ ਹੋਈ। ਬਾਕੀ ਇਹ ਥੋੜ੍ਹਾ ਬਹੁਤ ਟਰਾਲੀ 'ਤੇ ਯੂਜ਼ ਹੋਇਆ, ਇਹਦੀ ਗੁੜੀਆਂ ਵਗੈਰਾ 'ਤੇ ਨਜ਼ਰ ਮਾਰ ਸਕਦੇ ਹੋ ਜੀ। ਪੈਂਥਰ ਦਾ ਟਾਇਰ ਚੜਿਆ, ਯਾਨੀ ਕਿ ਜਨਰਲ ਦੇ ਟਾਇਰ ਨਹੀਂ ਹੈ ਜੀ। ਬਾਕੀ ਰਿੰਬਾਂ ਦੀ ਕੰਡੀਸ਼ਨ ਵਗੈਰਾ ਵੇਖ ਸਕਦੇ ਹੋ, ਅਤੇ ਰਿੰਬਾਂ ਦੀ ਕੰਡੀਸ਼ਨ ਚੰਗੀ ਪਈ ਹੈ ਜੀ। ਆਹ ਟਾਇਰਾਂ 'ਤੇ ਨਜ਼ਰ ਮਾਰ ਸਕਦੇ ਹੋ ਜੀ, ਟਾਇਰਾਂ 'ਤੇ ਥੋੜ੍ਹਾ ਬਹੁਤ ਯਾਨੀ ਕਿ ਕੱਟ ਵਗੈਰਾ ਹੈ। ਬਾਕੀ ਪਿੱਛੂ ਵਗੈਰਾ ਵੇਖ ਸਕਦੇ ਹੋ, ਟਿਊਬਾਂ ਦਾ ਕੋਈ ਲੀਕੇਜ ਵਗੈਰਾ ਘੱਟ ਨਹੀਂ, ਚੰਗੀਆਂ ਟਿਊਬਾਂ ਪਈਆਂ, ਸਾਫ਼ ਸੁਥਰੀਆਂ, ਕਿਸੇ ਟਿਊਬ ਵਿੱਚ ਕੋਈ ਲੀਕੇਜ ਵਗੈਰਾ ਕੋਈ ਨਹੀਂ। ਬਾਕੀ ਇਹਨਾਂ ਦੀਆਂ ਡਿਮਾਂਡਾਂ ਤਾਂ ਕਾਫ਼ੀ ਹਾਈ ਹਨ, ਲੇਕਿਨ ਯਾਨੀ ਕਿ ਨਾ ਇਹਦੀ ਪੈਦਾਰ ਗੱਡੀ ਨਹੀਂ, ਉਤਲੇ ਮਾਡਲ ਪੈਦਾਰ ਨਹੀਂ, ਲੇਕਿਨ ਟੋਟ ਬਹੁ ਰਹੇ ਟੋਟ ਬਹੁ ਰਹੇ। ਬਾਕੀ ਇਹ ਵੇਖ ਸਕਦੇ ਹੋ ਜੀ, ਤੁਸੀਂ ਟੂਬ 'ਤੇ ਨਜ਼ਰ ਮਾਰ ਸਕਦੇ ਹੋ, ਅਤੇ ਲਿੰਕ ਵਗੈਰਾ 'ਤੇ ਨਜ਼ਰ ਮਾਰ ਲਿਓ ਜੀ। ਅਤੇ ਮਾਲਕ ਦਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਿੱਤਾ ਜੀ, ਉੱਥੋਂ ਉਹਨਾਂ ਨਾਲ ਲੈ ਕੇ ਰਾਬਤਾ ਕਰ ਸਕਦੇ ਹੋ ਜੀ। ਅਗਰ ਕੋਈ ਭਾਈ ਇਹ ਗੱਡੀ ਲੈਣਾ ਚਾਹੁੰਦਾ ਹੋਵੇ ਤਾਂ ਲੈ ਸਕਦਾ ਜੀ। ਬਾਕੀ ਇਹਦੀ ਗੁੜੀਆਂ ਵਗੈਰਾ 'ਤੇ ਨਜ਼ਰ ਮਾਰ ਸਕਦੇ ਹੋ ਜੀ, ਗੁੜੀਆਂ ਬਿਹਤਰੀਨ ਪਈਆਂ, ਚੰਗੀਆਂ ਪਈਆਂ ਜੀ। ਅਤੇ ਪਿਛਲੇ ਟਾਇਰ ਚੰਗੇ ਪੈਣ, ਲੇਕਿਨ ਥੋੜ੍ਹਾ ਬਹੁਤ ਯਾਨੀ ਕਿ ਕੱਟ ਵਗੈਰਾ ਹੈ ਟਾਇਰਾਂ 'ਚ, ਲੇਕਿਨ ਟਾਇਰ ਵੈਸੇ ਚੰਗੇ ਪੈਂਦੇ ਜੀ। ਅਤੇ ਲੋਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਲੋਕੇਸ਼ਨ ਇਹਦੀ ਭਾਈ ਸਰਗੋਧਰ ਰੋਡ ਨਿਹੰਗ 'ਚ ਗੱਡੀ ਮੌਜੂਦ ਹੈ ਜੀ। ਬਾਕੀ ਇਹ ਵੇਖ ਸਕਦੇ ਹੋ ਜੀ, ਟਾਇਰ ਰਿਮ ਵਗੈਰਾ ਵੇਖ ਲਿਓ ਜੀ, ਰਿਮਬਨ ਪਲੇਟਾਂ ਵਗੈਰਾ ਕੋਈ ਨਹੀਂ ਲੱਗੀਆਂ ਗਈਆਂ। ਬਾਕੀ ਰੇਮ ਚੰਗੇ ਪੈਣ, ਕੋਈ ਵੈਲਡ ਵਗੈਰਾ ਨਹੀਂ ਹੋਏ, ਬਿਹਤਰੀਨ ਸਾਫ਼ ਸੁਥਰੇ। ਬਾਕੀ ਬੈਂਟਰੀ ਦੀ ਵੇਖ ਸਕਦੇ ਹੋ, ਅਤੇ ਬੈਂਟਰੀ ਵਾਲੀ ਜਗ੍ਹਾ ਵੇਖ ਸਕਦੇ ਹੋ, ਪੈਦਾਨ ਵਾਲੀ ਜਗ੍ਹਾ 'ਤੇ ਵੇਖ ਲਿਓ ਜੀ। ਕਲਰ ਵਗੈਰਾ ਥੋੜ੍ਹਾ ਬਹੁਤ ਉਤਰਿਆ, ਬਾਕੀ ਯਾਨੀ ਕਿ ਸੀਟ ਵਗੈਰਾ ਥੋੜ੍ਹੀ ਬਹੁਤ ਫਟੀ ਹੋਈ ਹੈ। ਬਾਕੀ ਉੱਤੋਂ ਸਟੇਅਰਿੰਗ ਦੀ ਲੁੱਕ ਵੇਖ ਲਿਆ, ਸਟੇਅਰਿੰਗ ਯਾਨੀ ਕਿ ਬੰਦ ਹੋਇਆ, ਯਾਨੀ ਕਿ ਬਾਰਿਸ਼ ਨੁਮਾਇਸ਼ ਵਾਸਤੇ। ਬਾਕੀ ਪੰਪ ਵਗੈਰਾ 'ਤੇ ਨਜ਼ਰ ਮਾਰ ਲਿਓ, ਅਤੇ ਚੇਸੀ ਕਲਰ ਵਗੈਰਾ 'ਤੇ ਨਜ਼ਰ ਮਾਰ ਸਕਦੇ ਹੋ ਜੀ। ਬਾਕੀ ਤੁਹਾਨੂੰ ਪਾਵਰ ਵਗੈਰਾ ਲੱਗੋ ਆ, ਬਿਹਤਰੀਨ ਪਾਵਰ, ਪਾਵਰ ਯਾਨੀ ਕਿ ਕੰਮ ਅੱਛਾ ਕਰਦਾ, ਕਿਸੇ ਪਾਵਰ ਕੋਈ ਕਿਸੇ ਜਗ੍ਹਾ 'ਤੇ ਕੋਈ ਲੀਕੇਜ ਵਗੈਰਾ ਕਾਈ ਨਹੀਂ, ਖਾਸ ਤੌਰ 'ਤੇ ਸੀਲਾਂ ਲੀਕ ਕਰਵਾਉਂਦੇ ਜੀ। ਸਾਡੀ ਮਿਹਨਤ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ, ਸਾਡੇ ਚੈਨਲ ਲਾਜ਼ਮੀ ਸਬਸਕ੍ਰਾਈਬ ਕਰ ਲਿਓ, ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਤੱਕ ਪਹਿਲੇ ਪਹੁੰਚ ਸਕੇ। ਤੁਹਾਨੂੰ ਲਾਲ ਕਲਰ ਦਾ ਬਟਨ ਲੱਗਿਆ, ਉਹਨੂੰ ਪ੍ਰੈਸ ਲਾਜ਼ਮੀ ਕਰਿਆ, ਨੋਟੀਫਿਕੇਸ਼ਨ ਆਲ 'ਤੇ ਕਲਿੱਕ ਕਰ ਦਿਵੇ ਜੀ। ਬਾਕੀ ਇਹ ਵੇਖ ਸਕਦੇ ਹੋ ਜੀ, ਛੱਤ ਵਗੈਰਾ ਅਤੇ ਸਾਰੀ ਲੋਕ ਇਹਦੀ ਵੇਖ ਸਕਦੇ ਹੋ ਜੀ, ਬਿਹਤਰੀਨ। ਲਾਈਟ ਵਗੈਰਾ 'ਤੇ ਨਜ਼ਰ ਮਾਰ ਸਕਦੇ ਹੋ ਜੀ, ਲਾਈਟਾਂ ਵਗੈਰਾ, ਇੱਕ ਲਾਈਟ ਥੋੜ੍ਹੀ ਜਿਹੀ ਟੁੱਟੀ ਹੋਈ ਹੈ, ਬਾਕੀ ਬਿਹਤਰੀਨ ਪਈਆਂ ਜੀ। ਮਿਲਦੇ ਹਾਂ ਆਪ ਕਿਸੇ ਹੋਰ ਵੀਡੀਓ 'ਚ, ਆਪ ਦੀ ਇਜਾਜ਼ਤ, ਅੱਲਾਹ ਹਾਫਿਜ਼।